ਸામਨੇ ਉਹ ਜਿਹੜਾ ਗੁੰਬਦ ਦਿਖ ਰਿਹਾ ਹੈ। علاوہ ਦੋਸਤੋ ਜਿਹੜਾ ਉਹ ਸਾਹਮਣੇ ਦੂਸਰੀ ਸਾਈਡ ਮੰਦਿਰ ਦਿਖ ਰਿਹਾ ਜੀ ਬਹੁਤ ਵਧੀਆ ਹਾਲਾਤ ਦੇ ਵਿੱਚ ਸਵਾਗਤ ਹੈ ਜੀ ਸਾਡੀ ਨਵੀਂ ਵੀਡੀਓ ਦੇ ਵਿੱਚ। ਦੋਸਤੋ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਰਾਜਾ ਜਸਮੀਰ ਜੀ ਦੇ ریاਸਤ ਦੇ ਬਣਾਏ ਹੋਏ ਉਹ ਚਾਰ ਮੰਦਿਰ ਜਿਹੜੇ ਅਸੀਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਕਿਹਾ ਸੀ ਵੀ ਅਸੀਂ ਤੁਹਾਨੂੰ ਉਹ ਮੰਦਿਰ ਵੀ ਦਿਖਾਵਾਂਗੇ। ਜਿਹੜੇ ਰਾਜਾ ਜਸਮੀਰ ਜੀ ਨੇ ਇੱਥੇ ਬਣਵਾਏ ਨੇ ਦੋਸਤੋ ਇਹ ਮੰਦਿਰ ਬਹੁਤ ਹੀ ਪ੍ਰਾਚੀਨ ਮੰਦਿਰ ਨੇ ਜਿਹੜੇ ਮੰਦਿਰ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਇਹ ਭਗਵਾਨ શ્રી ਕ੍ਰਿਸ਼ਨ ਜੀ ਦਾ ਮੰਦਿਰ ਹੈ ਜਿਹੜਾ ਕਿ ਰਾਜਾ ਜਸਮੀਰ ਜੀ ਨੇ ਇੱਥੇ ਸਥਾਪਿਤ ਕਰਵਾਇਆ ਸੀਗਾ ਤੁਸੀਂ ਦੇਖ ਸਕਦੇ ਹੋ ਅਸੀਂ ਮੰਦਿਰ ਦੇ ਵਿੱਚ ਆ ਚੁੱਕੇ ਆ ਨਾਲ ਹੀ ਸਾਡੇ ਮੰਦਰ ਦੇ ਪੁਜਾਰੀ ਜੀ ਨੇ ਜੋ ਕਿ ਇੱਥੇ ਮੰਦਰ ਦੇ ਵਿੱਚ ਦੇਖਭਾਲ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਦੋਸਤੋ ਵੀ ਇਸ ਮੰਦਰ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਅੱਜ ਵੀ ਇਸ ਮੰਦਰ ਦੀ ਸੁੰਭਾਈ ਕੀਤੀ ਜਾਂਦੀ ਆ ਤੇ ਇਸ ਤਰੀਕੇ ਦੇ ਨਾਲ ਸੁੰਭਾਈ ਰੱਖੀ ਜਾਂਦੀ ਆ ਤਾਂ ਕਿ ਇਹਦੇ ਜਿਹੜੇ ਡਿਜ਼ਾਈਨ ਵਗੈਰਾ ਨੇ ਉਹ ਵੀ ਖਰਾਬ ਨਾ ਹੋ ਸਕਣ ਤਾਂ ਬਹੁਤ ਜ਼ਿਆਦਾ ਵਧੀਆ ਲੋਕੇਸ਼ਨ ਆ ਦੋਸਤੋ ਤੁਸੀਂ ਵੀ ਇੱਥੇ ਆ ਕੇ ਇੱਕ ਵਾਰ ਇਸ ਨੂੰ ਦੇਖ ਕੇ ਜ਼ਰੂਰ ਜਾਓ ਦੋਸਤੋ ਇਹ ਆਉ ਪ੍ਰਾਚੀਨ ਮੰਦਿਰ ਅਸੀਂ ਉਸ ਮੰਦਿਰ ਦੇ ਉੱਪਰਲੀ ਸਾਈਡ ਵੀ ਆ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜਾ ਮੰਦਿਰ ਹੈ ਇਹ ਉਸ ਰਾਜੇ ਨੇ ਇੱਥੇ ਬਣਵਾਇਆ ਸੀਗਾ ਤੇ ਇਸ ਮੰਦਿਰ ਦੀ ਲੋਕੇਸ਼ਨ ਬਹੁਤ ਵਧੀਆ ਅੱਜ ਵੀ ਬਹੁਤ ਸੋਹਣੇ ਹਾਲਾਤ ਦੇ ਵਿੱਚ ਪਈ ਹੈ ਤੁਸੀਂ ਦੇਖ ਸਕਦੇ ਹੋ ਇਹ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਉਹ ਜਿਹੜਾ ਗੁੰਬਦ ਦਿਖ ਰਿਹਾ ਉੱਥੋਂ ਲੈ ਕੇ ਇਸ ਸਾਈਡ ਦੇ ਉੱਪਰ ਆ ਉਹ ਸਾਹਮਣੇ ਮਹਾਰਾਜ ਦੀ ਰਿਆਸਤ ਦਿਖ ਰਹੀ ਆ ਜਿੱਥੇ ਮਹਾਰਾਜ ਜੀ ਬੈਠਦੇ ਸੀਗੇ ਤੇ ਇਸ ਤੋਂ ਇਲਾਵਾ ਦੋਸਤੋ ਜਿਹੜਾ ਉਹ ਸਾਹਮਣੇ ਦੂਸਰੀ ਸਾਈਡ ਮੰਦਿਰ ਦਿਖ ਰਿਹਾ ਉਹ ਵੀ ਰਾਜੇ ਨੇ ਬਣਵਾਇਆ ਸੀ ਤੇ ਤੁਹਾਨੂੰ ਅਸੀਂ ਸਾਰੇ ਲੋਕੇਸ਼ਨ ਤੋਂ ਵਿਜ਼ਿਟ ਕਰਾ ਰਹੇ ਆ ਤੁਸੀਂ ਦੇਖ ਸਕਦੇ ਹੋ ਚਾਰੇ ਸਾਈਡਾਂ ਤੋਂ ਅਸੀਂ ਤੁਹਾਨੂੰ ਮੰਦਿਰ ਦਿਖਾ ਰਿਹਾ ਹਾਂ ਤੁਸੀਂ ਦੇਖ ਸਕਦੇ ਹੋ ਮੰਦਿਰ ਦੇ ਜਿਹੜੇ ਡਿਜ਼ਾਈਨਿੰਗ ਆ ਉਹ ਅੱਜ ਵੀ ਬਹੁਤ ਵਧੀਆ ਹਾਲਾਤ ਦੇ ਵਿੱਚ ਪੁਰਾਣੀ ਡਿਜ਼ਾਈਨਿੰਗ ਪੁਰਾਣੀ ਡਿਜ਼ਾਈਨਿੰਗ ਜਿਹੜੀ ਅੱਜ ਵੀ ਬਹੁਤ ਹੀ ਵਧੀਆ ਹਾਲਾਤ ਦੇ ਵਿੱਚ ਪਈ ਹੈ ਦੋਸਤੋ ਜਿਹੜਾ ਇਹ ਮੰਦਿਰ ਆ ਇਹ ਵੀ ਇੱਕ ਘਰ ਦੇ ਵਿੱਚ ਬਣਿਆ ਹੋਇਆ ਹੈ ਇਹ ਭਗਵਾਨ ਸ੍ਰੀ ਚੰਦ ਜੀ ਦਾ ਮੰਦਿਰ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਮੰਦਿਰ ਬਹੁਤ ਹੀ ਸੋਹਣੇ ਤਰੀਕੇ ਨਾਲ ਬਣਿਆ ਹੋਇਆ ਤੇ ਮੰਦਿਰ ਦੀ ਸੰਭਾਲ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਜਾਂਦੀ ਹੈ ਅੱਜ ਵੀ ਇਸ ਮੰਦਿਰ ਦੀ ਜਿਹੜੀ ਡਿਜ਼ਾਈਨਿੰਗ ਹੈ ਤੁਸੀਂ ਦੇਖ ਸਕਦੇ ਹੋ ਉਸੇ ਤਰ੍ਹਾਂ ਹੀ ਵਰਕ ਕਰਾਰ ਹੈ ਤੇ ਇਸ ਮੰਦਿਰ ਦੇ ਉੱਤੇ ਥੋੜੇ-ਮੋਟੇ ਕਲਰ ਕਰਵਾ ਕੇ ਉਹਨਾਂ ਨੇ ਇਹਨੂੰ ਸੁਭਾਲਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜੇ ਇੱਥੇ ਸੰਤ ਮਹਾਤਮਾ ਜੀ ਰਹਿੰਦੇ ਸੀਗੇ ਇਹ ਉਹਨਾਂ ਦੀ ਸਮਾਧੀ ਹੈ ਇਸ ਸਾਈਡ ਦੇ ਉੱਤੇ ਜਿਨ੍ਹਾਂ ਨੇ ਇਹ ਜਿਨ੍ਹਾਂ ਨੇ ਇਸ ਮੰਦਿਰ ਦੀ ਇਸ ਤੋਂ ਪਹਿਲਾਂ ਸਾਂਭ ਸੰਭਾਲ ਰੱਖੀ ਆ ਤੇ ਇਹ ਉਹਨਾਂ ਦੀ ਸਮਾਧੀ ਹੈ ਤੁਸੀਂ ਦੇਖ ਸਕਦੇ ਹੋ ਪਿੱਛੇ ਤੁਹਾਨੂੰ ਕਿਲਾ ਵੀ ਨਜ਼ਰ ਆ ਰਿਹਾ ਹੈ ਜਿਹੜਾ ਕਿ ਰਾਜੇ ਜਸਮੀਰ ਜੀ ਵੱਲੋਂ ਬਣਵਾਇਆ ਗਿਆ ਸੀ ਇਹ ਦੋਸਤੋ ਜਿਹੜਾ ਮੰਦਿਰ ਹੈ ਇਹ ਚੜ੍ਹਦੇ ਵਾਲੇ ਪਾਸੇ ਦੇ ਉੱਤੇ ਸਥਿਤ ਹੈ ਇਹ ਚਾਰੇ ਦਿਸ਼ਾਵਾਂ ਦੇ ਵਿੱਚ ਮੰਦਿਰ ਨੇ ਜਿਹੜੇ ਇਸੇ ਤਰ੍ਹਾਂ ਬਣੇ ਹੋਏ ਨੇ ਇਹ ਭਗਵਾਨ ਸ੍ਰੀ ਚੰਦ ਜੀ ਦਾ ਮੰਦਿਰ ਹੈ ਹੁਣ ਤੁਹਾਨੂੰ ਅਸੀਂ ਉੱਪਰੋਂ ਵੀ ਜਾ ਕੇ ਲੋਕੇਸ਼ਨ ਦਿਖਾਵਾਂਗੇ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਉਸੇ ਤਰੀਕੇ ਨਾਲ ਪ੍ਰਾਣੀਆਂ ਪੌੜੀਆਂ ਵਗੈਰਾ ਇੱਟਾਂ ਉਸੇ ਤਰੀਕੇ ਨਾਲ ਪ੍ਰਾਣੀਆਂ ਲੱਗੀਆਂ ਹੋਈਆਂ ਨੇ ਇਹ ਉੱਪਰਲੀ ਸਾਈਡ ਤੋਂ ਲੋਕੇਸ਼ਨ ਹੈ ਭਗਵਾਨ ਸ੍ਰੀ ਚੰਦ ਜੀ ਦੇ ਮੰਦਿਰ ਦੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਤਰੀਕੇ ਨਾਲ ਇਸ ਦੀ ਸੰਭਾਲ ਕੀਤੀ ਜਾਂਦੀ ਹੈ ਤੇ ਹੁਣ ਦੋਸਤੋ ਅਸੀਂ ਤੁਹਾਨੂੰ ਅੰਦਰੋਂ ਵਿਜ਼ਿਟ ਕਰਾਉਣ ਲੱਗੇ ਆ ਮੰਦਰ ਦੇ ਅੰਦਰ ਜਾ ਕੇ ਤੁਹਾਨੂੰ ਦਿਖਾਉਣੇ ਆ ਵੀ ਕਿਸ ਤਰੀਕੇ ਨਾਲ ਅੰਦਰੋਂ ਇਸ ਮੰਦਰ ਦੀ ਸਾਹ ਸੰਭਾਲ ਕੀਤੀ ਗਈ ਆ ਦੋਸਤੋ ਜਿਹੜਾ ਪੇਂਟ ਕੀਤਾ ਇਹਨਾਂ ਨੇ ਨਵਾਂ ਕਰਵਾਇਆ ਲੇਕਿਨ ਜਿਹੜਾ ਅਗਲੀ ਅੰਦਰਲੀ ਸਾਈਡ ਆ ਜਿਹੜਾ ਉਹ ਤੁਸੀਂ ਦੇਖ ਕੇ ਹੈਰਾਨ ਹੋਵੋਗੇ ਇਸ ਮੰਦਰ ਦੇ ਵਿੱਚ ਇਹ ਜਿਹੜੀ ਆ ਸਾਹਮਣੇ ਤੁਹਾਨੂੰ ਚਿੱਤਰਕਾਰੀ ਦਿਖ ਰਹੀ ਆ ਇਹ ਪੇਂਟ ਕੀਤਾ ਹੋਇਆ ਦਿਖ ਰਿਹਾ ਦੋਸਤੋ ਇਹ ਵੀ ਉਸ ਟਾਈਮ ਤੋਂ ਇੱਥੇ ਮੌਜੂਦ ਹੈ ਇਹ ਦੇਖੋ ਚਿੱਤਰ ਨੇ ਜਿਹੜੇ ਦੋਸਤੋ ਇਸ ਮੰਦਰ ਦੇ ਵਿੱਚ ਬਣੇ ਹੋਏ ਨੇ ਭਗਵਾਨ ਸ੍ਰੀ ਚੰਦ ਜੀ ਦੇ ਚਿੱਤਰ ਨੇ ਜਾਂ ਕਿਸੇ ਹੋਰ ਮਹਾਪੁਰਸ਼ਾਂ ਦੇ ਚਿੱਤਰ ਨੇ ਇਹ ਵੀ ਉਸ ਰਾਜੇ ਜਸਮੀਰ ਜੀ ਨੇ ਬਣਵਾਏ ਹੋਏ ਸੀਗੇ ਤੁਸੀਂ ਦੇਖ ਸਕਦੇ ਹੋ ਮੰਦਿਰ ਦੇ ਵਿੱਚ ਅੱਜ ਵੀ ਇਹਨਾਂ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਸਾਂਭ ਸੰਭਾਲ ਕਰਕੇ ਰੱਖਿਆ ਜਾਂਦਾ ਹੈ। ਦੋਸਤੋ ਦੱਸਿਆ ਜਾਂਦਾ ਵੀ ਜਿਹੜੇ ਇੱਥੇ ਸੰਤ ਮਹਾਤਮਾ ਇਸ ਮੰਦਿਰ ਦੀ ਸੇਵਾ ਕਰਦੇ ਸੀ ਉਹਨਾਂ ਨੇ ਅੰਗਰੇਜ਼ਾਂ ਨਾਲ ਲੜ ਕੇ ਖੂਹ ਇੱਥੇ ਬਣਵਾਇਆ ਸੀ। ਇਹ ਵੀ ਤੁਸੀਂ ਦੇਖ ਸਕਦੇ ਹੋ। ਇਹ ਵੀ ਅੱਜ ਇੱਥੇ ਮੌਜੂਦ ਹੈਗਾ। ਦੋਸਤੋ ਇਹ ਜਿਹੜਾ ਮੰਦਿਰ ਹੈ ਭਗਵਾਨ ਸ਼ਿਵਜੀ ਦਾ ਮੰਦਿਰ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਦੂਰੋਂ ਦੂਰੋਂ ਸੰਗਤਾਂ ਮੱਥਾ ਟੇਕਣਾਉਂਦੇ ਨੇ ਆਪਣੀ ਸ਼ਰਧਾ ਭਾਵਨਾ ਦੇ ਨਾਲ ਇਹ ਜਿਹੜੀ ਸਾਹਮਣੇ ਤੁਹਾਨੂੰ ਇਮਾਰਤ ਦਿਖਾ ਰਿਹਾ ਹਾਂ ਇਹ ਉਸ ਟਾਈਮ ਦੀ ਉਸ ਰਾਜੇ ਵੱਲੋਂ ਬਣਵਾਈ ਗਈ ਇਮਾਰਤ ਹੈ ਜਿਹਨੂੰ ਅੱਜ ਵੀ ਸੰਭ ਕੇ ਬਹੁਤ ਵਧੀਆ ਤਰੀਕੇ ਨਾਲ ਰੱਖਿਆ ਗਿਆ ਇਸ ਦੇ ਉੱਤੇ ਪੇਂਟ ਜੋ ਕੀਤਾ ਹੋਇਆ ਹੈ ਇਹ ਵੀ ਉਸ ਟਾਈਮ ਤੋਂ ਇਸ ਦੇ ਉੱਤੇ ਡਿਜ਼ਾਈਨਿੰਗ ਦੇਖ ਸਕਦੇ ਹੋ ਤੁਸੀਂ ਉਸੇ ਟਾਈਮ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਤੇ ਸਾਹਮਣੇ ਭਗਵਾਨ ਸ਼ਿਵਜੀ ਮਹਾਰਾਜੀ ਦੀ ਜਿਹੜੀ ਕਿ ਸ਼ਿਵਲਿੰਗ ਹੈ ਉਹ ਵੀ ਇੱਥੇ ਮੌਜੂਦ ਹੈ ਉਸ ਟਾਈਮ ਦੇ ਉੱਤੋਂ ਇਹ ਤੁਸੀਂ ਕਲਰ ਵੀ ਦੇਖ ਸਕਦੇ ਹੋ ਉਸ ਟਾਈਮ ਦੇ ਜਿਹੜੇ ਕਲਰ ਨੇ ਅੱਜ ਵੀ ਇੱਥੇ ਛੱਤਾਂ ਦੇ ਉੱਪਰ ਤੁਸੀਂ ਮੌਜੂਦ ਦੇਖ ਸਕਦੇ ਹੋ ਅੱਜ ਵੀ ਤੁਹਾਨੂੰ ਇਹ ਬਹੁਤ ਹੀ ਵਧੀਆ ਹਾਲਾਤ ਦੇ ਵਿੱਚ ਇਹ ਕਲਰ ਮਿਲਣਗੇ ਦੋਸਤੋ ਹੁਣ ਅਸੀਂ ਤੁਹਾਨੂੰ ਮੰਦਿਰ ਦੇ ਦੂਸਰੀ ਸਾਈਡ ਬਣੀ ਹੋਈ ਇਮਾਰਤ ਦੇ ਅੰਦਰ ਲੈ ਕੇ ਚੱਲਦੇ ਆ ਦੋਸਤੋ ਬਹੁਤ ਸੋਹਣੀ ਇਮਾਰਤ ਹੈ ਤੁਸੀਂ ਦੇਖ ਸਕਦੇ ਹੋ ਲੇਕਿਨ ਅੱਜ ਦੋਸਤੋ ਇਸ ਇਮਾਰਤ ਦੇ ਉੱਤੇ ਇਹ ਪੁਰਾਣੀ ਇਮਾਰਤ ਦੇ ਉੱਤੇ ਇੱਕ ਨਵਾਂ ਜਿਹੜਾ ਪੱਥਰ ਆ ਉਹ ਚੜਾ ਕੇ ਇਸ ਨੂੰ ਡਿਜ਼ਾਈਨਿੰਗ ਇਸ ਦੀ ਚੇਂਜ ਕਰ ਦਿੱਤੀ ਗਈ ਆ ਤਾਂ ਕਿ ਇਹ ਸੰਭੀ ਜਾ ਸਕੇ ਦੋਸਤੋ ਇਹ ਜਿਹੜੀ ਲੋਕੇਸ਼ਨ ਹੈ ਇਹ ਪਹਿਲਾਂ ਚੂਨੇ ਦੇ ਪੱਥਰ ਤੋਂ ਬਣੀ ਹੋਈ ਸੀਗੀ ਤੇ ਅੱਜ ਇਸ ਲੋਕੇਸ਼ਨ ਨੂੰ ਨਵੇਂ ਰੂਪ ਦੇ ਵਿੱਚ ਤਿਆਰ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਭਗਵਾਨ ਸ਼ਿਵਜੀ ਮਹਾਰਾਜੀ ਦੇ ਸ਼ਿਵ ਸ਼ੰਕਰ ਜੀ ਦੀ کہہ ਸਕਦੇ ਆਪਾਂ ਭਗਵਾਨ ਸ਼ਿਵ ਸ਼ੰਕਰ ਜੀ ਦੀ ਜਿਹੜੀ ਮੂਰਤੀ ਹੈ ਜਾਂ ਆਪਾਂ ਕਹਿ ਸਕਦੇ ਹਾਂ ਵੀ ਸ਼ਿਵਲਿੰਗ ਉਹ ਇੱਥੇ ਸਥਾਪਿਤ ਹੈ ਤੁਸੀਂ ਦੇਖ ਸਕਦੇ ਹੋ ਅੰਦਰੋਂ ਇਸ ਮੰਦਰ ਨੂੰ ਵੀ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਸਜਮੜ ਕੇ ਰੱਖਿਆ ਗਿਆ ਹੈ ਦੋਸਤੋ ਇਹ ਜਿਹੜਾ ਮੰਦਰ ਹੈ ਇਹ ਮਾਤਾ ਦੁਰਗਾ ਦਾ ਮੰਦਰ ਹੈ ਇਹ ਦੋਸਤੋ ਛਿਪਦੇ ਵਾਲੀ ਸਾਈਡ ਹੈ ਇਹ ਬਿਲਕੁਲ ਹੀ ਧਨੋਲਾ ਰੋਡ ਦੇ ਉੱਪਰ ਮੰਦਰ ਹੈ ਜਿਹੜਾ ਉਹ ਸਥਾਪਿਤ ਕੀਤਾ ਹੋਇਆ ਉਸ ਰਾਜੇ ਵੱਲੋਂ ਤਾਂ ਨੂੰ ਇਸ ਮੰਦਿਰ ਦੇ ਅੰਦਰੋਂ ਵੀ ਜਾ ਕੇ ਅਸੀਂ ਲੋਕੇਸ਼ਨ ਦਿਖਾਵਾਂਗੇ ਤੁਸੀਂ ਵੀਡੀਓ ਨੂੰ ਪੂਰੀ ਦੇਖਿਓ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਮੰਦਿਰ ਦੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਲੋਕ ਅੱਜ ਵੀ ਇੱਥੇ ਮੱਥਾ ਟੇਕਣ ਆਉਂਦੇ ਨੇ ਇਹ ਸਾਹਮਣੇ ਜਿਹੜਾ ਗੁੰਬਦ ਹੈ ਇਹ ਵੀ ਉਸ ਪ੍ਰਾਚੀਨ ਸਮੇ ਤੋਂ ਇੱਥੇ ਮੌਜੂਦ ਹੈ ਕਈ ਚੀਜ਼ਾਂ ਇੱਥੇ ਸਾਨੂੰ ਦੇਖਣ ਨੂੰ ਮਿਲਿਆ ਜੋ ਕਿ ਅੱਜ ਵੀ ਉਸ ਟਾਈਮ ਤੋਂ ਇੱਥੇ ਮੌਜੂਦ ਨੇ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਮੰਦਿਰ ਦੇ ਵਿੱਚ ਕਾਫੀ ਜਿਆਦੇ ਜਿਹੜੀਆਂ ਸਾਹਮਣੇ ਮੂਰਤੀਆਂ ਨੇ ਇਹ ਵੀ ਉਸ ਰਾਜੇ ਵੱਲੋਂ ਇੱਥੇ ਸਦਾਪਤ ਕੀਤੀਆਂ ਗਈਆਂ ਸੀ ਤੁਸੀਂ ਡਿਜ਼ਾਈਨਿੰਗ ਵੀ ਦੇਖ ਸਕਦੇ ਹੋ ਇੱਥੇ ਉਸ ਰਾਜੇ ਵੱਲੋਂ ਡਿਜ਼ਾਈਨਿੰਗ ਕਰਵਾਈ ਗਈ ਸੀ ਜਿਹੜੀ ਉਹ ਅੱਜ ਵੀ ਇਸ ਮੰਦਿਰ ਦੇ ਵਿੱਚ ਮੌਜੂਦ ਹੈਗੀ ਹੈ ਦੋਸਤੋ ਇਹ ਜਿਹੜਾ ਮੰਦਿਰ ਹੈ ਇਹ ਮਾਤਾ ਦੁਰਗਾ ਦਾ ਮੰਦਿਰ ਹੈ ਇੱਥੇ ਮੰਦਿਰ ਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਮੱਥਾ ਟੇਕਣਾਉਂਦੀਆਂ ਨੇ ਦੋਸਤੋ ਇਹ ਦੂਸਰੀ ਸਾਈਡ ਜਿਹੜੀ ਲੋਕੇਸ਼ਨ ਹੈ ਇਸ ਮੰਦਿਰ ਦੇ ਉੱਤੇ ਵੀ ਉਸੇ ਤਰੀਕੇ ਨਾਲ ਇਸ ਨੂੰ ਸਾਂਭ ਸੰਭਾਲ ਕੇ ਰੱਖਿਆ ਗਿਆ ਤੇ ਇਹ ਦੋਸਤੋ ਮੰਦਿਰ ਦਾ ਉੱਪਰ ਲਹਿਸਾ ਹੈ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਹੋਰ ਲੋਕੇਸ਼ਨ ਦੇ ਉੱਤੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ